ਭਾਜੀ ਲੈ ਜਿਓ ਅੱਗੇ ਪਿੱਛੇ ਲੱਗਦਾ ਭਰਜਾਈ ਨੇ ਮੁੱਕੀਆਂ ਮਾਰ ਮਾਰ ਕੇ ਨਾ ਤੇ ਮੂੰਹ ਤੇ ਸੋਜ ਪਾਈ ਏ ਸੂਟ ਲੈ ਜਿਓ ਭਰਜਾਈ ਖੁਸ਼ ਹੋਏਗੀ ਭੈਣ ਹੋ ਕੇ ਬਹੁਤ ਖੁਸ਼ ਹੈ ਖੁਸ਼ੀ ਰੱਖ ਨਹੀਂ ਮੈਨੂੰ ਨਹੀਂ ਲੱਗਦਾ ਤੁਹਾਡੇ ਤੇ ਖੁਸ਼ ਹੋਏ ਜਿਹੜੀ ਜੂ ਬੀਬੀ ਨੂੰ ਪਤਾ ਲੱਗਣਾ ਕਿ ਬ੍ਰਾਂਡ ਦਾ ਸੂਟ ਜਿਹੜਾ ਅੱਧੇ ਰੇਟ ਤੇ ਮਿਲ ਰਿਹਾ ਉਹ ਤੇ ਆਪਣੇ ਬੰਦੇ ਦੀ ਨੀਂਦਰ ਕਰੇਗੀ ਹਰਾਮ ਇਹ ਸੇਲ ਲੱਗ ਗਈ ਸੇਲ ਇਹ 500 ਰੁਪਏ ਇਹ 700 ਰੁਪਏ ਇਹ ਬ੍ਰਾਂਡ ਦੇ ਸੂਟ ਬਾਜੀ ਆ ਜਾ ਭਾ ਤੂੰ ਵੀ ਆ ਜਾ ਵੀਰ ਤੂੰ ਵੀ ਆ ਜਾ ਭਾਈ ਪੈ ਆ ਗਿਆ ਮੈਂ ਆ ਗਿਆ ਕੀ ਕਰੀ ਜਾ ਰਿਹਾ ਸਾਰੇ ਰੇਟਾਂ ਦਾ ਹੀ ਪੈਸ ਨੇ ਫੇਰਤਾ ਹੀ ਭਾਜੀ ਕਿੱਧਰ ਭਾਜੀ ਸੂਟ ਵੇਚ ਰਿਹਾ ਸੇਲ ਲੱਗੀ ਤੇ ਅਸੀਂ ਪਾ ਚਾਹੀਦਾ ਤੁਹਾਨੂੰ ਬਿਲਕੁਲ ਚਾਹੀਦਾ ਭਾਈ ਜਾਨ ਭਾਜੀ ਲੈ ਜਿਓ ਅੱਗੇ ਪਿੱਛੇ ਲੱਗਦਾ ਭਰਜਾਈ ਨੇ ਮੁੱਕੀਆਂ ਮਾਰ ਮਾਰ ਕੇ ਨਾ ਤੇ ਮੂੰਹ ਤੇ ਸੋਜ ਪਾਈ ਏ ਸੂਟ ਲੈ ਜਿਓ ਭਰਜਾਈ ਖੁਸ਼ ਹੋਏਗੀ ਭੈਣ ਹੋ ਕੇ ਬਹੁਤ ਖੁਸ਼ ਹੈ ਖੁਸ਼ੀ ਰੱਖ ਨਹੀਂ ਮੈਨੂੰ ਨਹੀਂ ਲੱਗਦਾ ਤੁਹਾਡੇ ਤੇ ਖੁਸ਼ ਹੋਏਗੀ ਬਹੁਤ ਖੁਸ਼ ਹੈ ਵੇਖੋ ਨਾ ਇੰਨੇ ਕੱਪੜੇ ਨੇ ਜਿਹਦੇ ਕੋਈ ਦੋ ਚਾਰ ਹੀ ਸੂਟ ਹੋਣ ਤੇ ਖੁਸ਼ ਹੋ ਜਾਂਦੀਆਂ ਆਪਣੇ ਕੋਲ ਤੇ ਬੋਰੇ ਦੇ ਬੋਰੇ ਭਰੇ ਨੇ ਖੈਰ ਤੁਸੀਂ ਦੱਸੋ ਤੁਸੀਂ ਕਿੱਧਰ ਆਏ ਹੋ ਨਹੀਂ ਆ ਤੁਹਾਡੇ ਕੋਲ ਬੋਰੇ ਭਰੇ ਨੇ ਕਹਿੰਦੇ ਮਲਾਹ ਦਾ ਹੁੱਕਾ ਸੁੱਕਾ ਹੁੰਦਾ ਅਸਲਾਮ ਅਲੈਕਮ ਨਾਜ਼ਰੀਨ ਮੈਂ ਤੁਹਾਡਾ ਮੇਜ਼ਬਾਨ ਆਰ ਕੇ ਰਜ਼ਾਕ ਔਰ ਤੁਸੀਂ ਵੇਖ ਰਹੇ ਹੋ ਆਪਣਾ ਰੰਗ ਟੀਵੀ ਅੱਜ ਅਸੀਂ ਮੌਜੂਦ ਆ ਲਾਹੌਰ ਦੇ ਇਲਾਕੇ ਭਗਵਾਨਪੁਰਾ ਦੇ ਵਿੱਚ ਅਬਦੁੱਲਾ ਕਲੈਕਸ਼ਨ ਜਿੱਥੇ ਸੂਟਾਂ ਦਾ ਇੰਨਾ ਕੁ ਲੋ ਰੇਟ ਦਿੱਤਾ ਗਿਆ ਭਾਅ ਜੀ ਮੇਰੇ ਵੱਲ ਵੇਖ ਰਹੇ ਹੋ ਬਹੁਤਾ ਸੋਹਣਾ ਲੱਗ ਰਿਹਾ ਇਹ ਜਿਹੜੇ ਸੂਟ ਤੁਸੀਂ ਲਾਏ ਨੇ ਸੇਲ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਬੰਦੇ ਪਹਿਲੇ ਹੀ ਇੰਨੇ ਪਰੇਸ਼ਾਨ ਨੇ ਉੱਤੋਂ ਐਡੇ ਸਸਤੇ ਸੂਟ ਲਾ ਕੇ ਤੁਸੀਂ ਹੋਰ ਬੰਦਿਆਂ ਦੀ ਜਿਹੜੇ ਵਕਤ ਦੇ ਵਿੱਚ ਤੇ ਮਸਲਿਆਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਜਿਹੜੀ ਜੂ ਬੀਬੀ ਨੂੰ ਪਤਾ ਲੱਗਣਾ ਕਿ ਬ੍ਰਾਂਡ ਦਾ ਸੂਟ ਜਿਹੜਾ ਅੱਧੇ ਰੇਟ ਤੇ ਮਿਲ ਰਿਹਾ ਉਹ ਤੇ ਆਪਣੇ ਬੰਦੇ ਦੀ ਨੀਂਦਰ ਕਰੇਗੀ ਹਰਾਮ ਮੈਨੂੰ ਮੌਕਾ ਦਿਓ ਨਾ ਭਾਣੇ ਬੋਲਣ ਹਾਂਜੀ ਹਾਂਜੀ ਮੈਂ ਵੀ ਬੋਲਣਾ ਜੀ ਹਾਂਜੀ ਭਾਣੇ ਮਰੀਨਾ ਦਾ 2 ਪੀਸ 650 ਦਾ ਸੀ ਦੇਂਦੇ ਦੱਸੋ ਅਸੀਂ ਗੁਨਾਹ ਕਰ ਰਹੇ ਹਾਂ ਅਸੀਂ ਆਪਣੇ ਭਰਾਵਾਂ ਵਾਸਤੇ ਵੀ ਆਸਾਨੀ ਪੈਦਾ ਕਰ ਰਹੇ ਹਾਂ ਕਿ ਆਪਣੀ ਬੁੱਢੀਆਂ ਨੂੰ ਕੱਪੜੇ ਪਾਉਣ ਬ੍ਰਾਂਡ ਦੇ ਤੇ ਅਸੀਂ ਮਰ ਜਾਈਏ ਅਸੀਂ ਕਿੱਥੇ ਟੁਰ ਜਾਈਏ ਅਸੀਂ ਇਹ ਲੰਡੇ ਦੀਆਂ ਪੈਂਟਾਂ ਸ਼ਰਟਾਂ ਪਾ ਪਾ ਕੇ ਗੁਜ਼ਾਰੇ ਕਰਨ ਡਏ ਆ ਬੁੱਢੀਆਂ ਦੇ ਸੂਟ ਸਸਤੇ ਹੋਈ ਜਾ ਰਹੇ ਨੇ ਬੰਦਿਆਂ ਦੇ ਉਹੀ 600-500 ਵਾਲਾ ਸੂਟ ਉਹ ਵੀ ਵਿਚਾਰਾ ਲੈਂਦਾ 6 ਮਹੀਨੇ ਬਾਅਦ ਇੱਕ ਸੂਟ ਉਹ 6 ਮਹੀਨੇ ਬੁੱਢੀ ਕੋਲੋਂ ਤਾਨੇ ਖਾਂਦਾ ਰਹਿੰਦਾ ਬੀਵੀ ਬੱਚਿਆਂ ਵਾਸਤੇ ਵੀਰ ਸਾਰੇ ਕਰਦੇ ਨੇ ਠੀਕ ਹੈ ਆਪਣਾ ਪਾ ਲਿਆ ਹੰਡਾ ਲਿਆ ਕੀ ਕਰਨਾ ਹੈ ਆ ਤੂੰ ਵੀ ਮੇਰਾ ਹਲੇ ਲੰਡੇ ਦੀ ਜਿਹੜੀ ਇਹ ਸ਼ਰਟ ਪਾਈ ਏ ਤੇ ਤੈਨੂੰ ਇੰਨੀ ਫੁਰਸਤ ਨਹੀਂ ਮਿਲੀ ਕਿ ਆਪਣੇ ਵਾਸਤੇ ਤੂੰ 600 ਦਾ ਸੂਟ ਲੈ ਲਵੇਂ ਤੇ ਬੀਬੀਆਂ ਦੇ ਸੂਟ ਤੋਂ ਜਿਹੜਾ ਬ੍ਰਾਂਡ ਦੇ ਸੂਟ ਸਸਤੇ ਵੇਚਣ ਦੇ ਜੀ ਇਹ ਵੱਡਾ ਪਾਨ ਦਾ ਦਰਸ ਕਦੀ ਜ਼ਰੂਰ ਨਹੀਂ ਕੀਤਾ ਥੋੜਾ ਜਿਹਾ ਨਾਜ਼ਰੀਨ ਅਸੀਂ ਸਾਡਾ ਦੋਸਤ ਤੇ ਭਰਾ ਏ ਅਸੀਂ ਤੰਜ਼ੋ ਮਜ਼ਾਕ ਕਰ ਰਹੇ ਸਾਂ ਇਹਦੇ ਨਾਲ ਬੇਸਿਕਲੀ ਜਿਹੜਾ ਸਾਡਾ ਇੱਥੇ ਆਉਣ ਦਾ ਮਕਸਦ ਏ ਲੋਕ ਵੀ ਜਿਹੜੇ ਨਾਜ਼ਰੀਨ ਸਾਡੇ ਮਿਡਲ ਕਲਾਸ ਫੈਮਲੀਆਂ ਨਾਲ ਜਿਨ੍ਹਾਂ ਦਾ ਤਾਲੁਕ ਏ ਉਹ ਇਸ ਚੀਜ਼ ਤੋਂ ਬਹੁਤ ਹੀ ਫਾਇਦਾ ਉਠਾ ਸਕਦੇ ਨੇ ਈਵਨ ਕਿ ਇਹਦਾ ਕਾਰੋਬਾਰ ਵੀ ਕਰ ਸਕਦੇ ਨੇ ਮੈਂ ਅਕਸਰ ਵੇਖਿਆ ਕਿ ਪਿੰਡਾਂ ਦੇ ਵਿੱਚ ਜਾ ਕੇ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੇ ਸੇਲਮੈਨ ਨੇ ਨਾ ਉਹ ਬਾਜੀ ਬਾਜੀ ਭੈਣ ਭੈਣ ਕਰਕੇ ਉਹ 15-15 ਵਾਲਾ 100 ਵਾਲਾ ਸੂਟ ਉਹ 3-3 ਹਜ਼ਾਰ ਦਾ ਵੇਚ ਦਿੰਦੇ ਨੇ ਅਤੇ ਮੈਨੂੰ ਇਹ ਦੱਸੋ ਕਿ ਕਾਰੋਬਾਰ ਅਗਰ ਕਿਸੇ ਨੂੰ ਸ਼ੁਰੂ ਕਰਨਾ ਹੋਵੇ ਅਤੇ ਉਹਦੇ ਵਾਸਤੇ ਕੀ ਆਪਣਾ ਇਕਦਾਮਾਤ ਹੋਣੇ ਚਾਹੀਦੇ ਨੇ ਜਾਂ ਉਹਦੇ ਵਾਸਤੇ ਕੀ ਸਹੂਲਤਾਂ ਤੁਹਾਡੇ ਕੋਲ ਮੌਜੂਦ ਨੇ ਜੀ ਵੀਰ ਮੈਂ ਦੱਸ ਕੋਈ ਇੰਜ ਦੀ ਸਹੂਲਤ ਦੱਸਣਾ ਕਿ ਮੈਂ ਵੀ ਆਹ ਹੋਸਟਿੰਗ ਛੱਡ ਕੇ ਅਤੇ ਕਾਰੋਬਾਰ ਸ਼ੁਰੂ ਕਰ ਸਕਦਾ ਜੀ ਇਨਸ਼ਾਅੱਲਾ ਮੁਕੱਦਰਾਂ ਦੀ ਖੇਡ ਵੀਰ ਇੰਜ ਹੈਗਾ ਨਾ ਕਿ ਵੀ ਆਪਣਾ ਕੱਪੜੇ ਦਾ ਕਾਰੋਬਾਰ ਤਾਂ ਦੇਖ 5-10 ਲੱਖ ਨਾਲ 20 ਲੱਖ ਨਾਲ ਵੀ ਜਿਹੜਾ ਸ਼ੁਰੂ ਕਰਦਾ ਉਹਦੇ ਵੀ ਆਪਣੇ ਨਸੀਬ ਲੈਣੇ ਨੇ ਅਤੇ ਸਾਡੇ ਕੋਲ ਐਸੇ ਲੋਕ ਵੀ ਨੇ ਜਿਨ੍ਹਾਂ ਨੇ 10,000 ਰੁਪਏ ਨਾਲ ਕੰਮ ਸ਼ੁਰੂ ਕੀਤਾ ਔਰ ਅੱਜ ਮਾਸ਼ਾਅੱਲਾ ਸੋਹਣੇ ਹੀ ਆਪਣੇ ਬੱਚਿਆਂ ਨੂੰ ਰੋਜ਼ੀ ਰੋਟੀ ਖਵਾ ਰਹੇ ਨੇ ਸਾਡੇ ਵੇਅਰ ਹਾਊਸ ਦਾ ਤੁਸੀਂ ਵਿਜ਼ਿਟ ਕਰ ਹੀ ਲਿਆ ਅਸੀਂ ਹੋਲਸੇਲਰ ਹਾਂ ਔਰ ਹੋਲਸੇਲ 'ਚ ਅਸੀਂ ਬ੍ਰਾਂਡ ਦਾ ਵੀ ਕੰਮ ਕਰ ਰਹੇ ਹਾਂ ਦੂਸਰਾ ਵੀ ਬ੍ਰਾਂਡ ਦੀਆਂ ਫਸਟ ਕਾਪੀਆਂ ਵੀ ਨੇ ਬ੍ਰਾਂਡ ਵੀ ਨੇ ਐਸੇ ਐਸੇ ਰੇਟ ਨੇ ਕਿ ਤੁਸੀਂ ਆਮ ਬੰਦੇ ਦੀ ਪਹੁੰਚ ਉਹ ਤੱਕ ਨਹੀਂ ਹੋ ਸਕਦੀ ਅਸੀਂ ਭਗਵਾਨਪੁਰੇ ਬੈਠ ਕੇ ਆਜ਼ਮ ਮਾਰਕੀਟ ਤੋਂ ਸਸਤੇ ਕੱਪੜੇ ਅੱਛਾ ਮੈਨੂੰ ਇਹ ਦੱਸੋ ਕਿ ਜਿਹੜੇ ਦੁਕਾਨਦਾਰ ਬਹੁਤ ਹੀ ਤਰੀਫਾਂ ਅਤੇ ਸਿਫਤਾਂ ਕਰਕੇ ਬੀਬੀਆਂ ਭੈਣਾਂ ਨੂੰ ਸੂਟ ਵੇਚ ਦਿੰਦੇ ਨੇ ਉਹਨਾਂ ਦੇ ਵਿੱਚ ਇਹੀ ਹੁੰਦੇ ਨੇ ਜਾਂ ਓਰੀਜਨਲ ਬ੍ਰਾਂਡ ਹੁੰਦੇ ਨੇ ਉਹ ਜੀ ਸਰ ਮਾਸਟਰ ਕਾਪੀਆਂ ਹੁੰਦੀਆਂ ਨੇ ਉਹਦੀਆਂ ਮੈਂ ਤੁਹਾਨੂੰ ਦਿਖਾਉਂਦਾ ਵਾਂ ਦੇਖੋ ਯਾਨੀ ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਦੀ ਡੀਲਿੰਗ ਵਿਕਦੀ ਉਹਨਾਂ ਦੀਆਂ ਗੱਲਾਂ ਬਾਤਾਂ ਵਿਕਦੀਆਂ ਨੇ ਬਾਕੀ ਸਮਾਨ ਇਹੀ ਕੁਛ ਹੁੰਦਾ ਜੀ ਬਿਲਕੁਲ ਹੁਣ ਜਿਸ ਤਰ੍ਹਾਂ ਤੁਸੀਂ ਵੀਡੀਓ ਬਣਾ ਰਹੇ ਹੋ ਨਾ ਸਰ ਇਹ ਵੀਡੀਓ ਦਾ ਹੀ ਤੁਸੀਂ ਵੇਖ ਲਓ ਕਿ ਲੋਕਾਂ ਨੂੰ ਇੰਨਾ ਕੁ ਆਪਣੇ ਆਪ ਨੂੰ ਸ਼ੋਰ ਆ ਗਿਆ ਕਿ ਲੋਕ ਵੀਡੀਓ ਦੇ ਸਟਾਰਟ 'ਤੇ ਹੀ ਐਸੀਆਂ ਗੱਲਾਂ ਔਰ ਕਸਟਮਰ ਨੂੰ ਧੋਖੇ 'ਚ ਰੱਖਣ ਵਾਸਤੇ ਕੁਛ ਐਸੀਆਂ ਗੱਲਾਂ ਐਸੀ ਲਾਲਚ ਦੇ ਦਿੰਦੇ ਦੇਖੋ ਲਾਲਚ ਇੱਕ ਐਸੀ ਚੀਜ਼ ਹੈ ਲਾਲਚੀ ਹੀ ਮਰੇਗਾ ਕੋਈ ਗੱਲ ਐਸੀ ਦੱਸ ਦਿੰਦੇ ਨੇ ਜਿਹਦੇ ਨਾਲ ਕਸਟਮਰ ਦਾ ਧਿਆਨ ਸਿਰਫ ਉਸ ਗੱਲ ਪਿੱਛੇ ਰਹਿ ਜਾਂਦਾ ਉਹਦੇ ਵਿੱਚ ਜਿਹੜਾ ਧੋਖਾ ਹੁੰਦਾ ਉਹ ਕਸਟਮਰ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ ਇਸ ਕਰਕੇ ਪਲੀਜ਼ ਧੋਖਾ ਨਾ ਖਾਓ ਜਿਹੜਾ ਇੱਕ ਨੰਬਰ ਬੰਦਾ ਜਿਹਨੇ ਕਾਰੋਬਾਰ ਕਰਨਾ ਉਹ ਆ ਕੇ ਆਪਣੀ ਪੂਰੀ ਤਸੱਲੀ ਨਾਲ ਛਾਨਬੀਨ ਕਰਕੇ ਅੱਛਾ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਇਹ ਗਰਮੀ ਦਾ ਮੌਸਮ ਜਾ ਰਿਹਾ ਠੀਕ ਹੈ ਸਾਵਣ ਭਾਦਰੋਂ ਦਾ ਮਹੀਨਾ ਇਹ ਜਾ ਰਿਹਾ ਅੱਗੋਂ ਸਰਦੀ ਸ਼ੁਰੂ ਹੋ ਰਹੀ ਹੈ ਅਤੇ ਸਰਦੀ ਦੇ ਵਾਸਤੇ ਤੁਹਾਡੇ ਕੋਲ ਕਿਹੜੇ ਕਿਹੜੇ ਬ੍ਰਾਂਡ ਹੈਗੇ ਨੇ ਔਰ ਕਿਹੜਾ ਕਿਹੜਾ ਕੱਪੜਾ ਜਿਵੇਂ ਕਿ ਪਹਿਲੇ ਤਾਂ ਕੱਪੜੇ ਬੜੇ ਚੱਲਦੇ ਹੁੰਦੇ ਸਨ ਅਤੇ ਹੁਣ ਸਰਦੀ ਵਾਸਤੇ ਤੁਹਾਡੇ ਕੋਲ ਕੀ ਕੀ ਕੁਆਲਿਟੀ ਇਸ ਟਾਈਮ ਮੌਜੂਦ ਹੈ ਦੱਸਿਆ ਵੀ ਕਿ ਮਰੀਨਾ ਦਾ 2 ਪੀਸ ਮੇਰੇ ਕੋਲ 650 ਦਾ ਵੀ ਹੈ
ਸੱਸੋਂ ਦਾ ਵੀ। ਅੱਛਾ ਆਪਸ ਦੀ ਗੱਲ ਹੈ ਵੈਸੇ, ਆ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਭਰਜਾਈਆ ਵਾਸਤੇ ਕੋਈ ਤੋਹਫਾ ਦੇਣਾ ਮੈਨੂੰ? ਜੀ ਠੀਕ ਹੋ ਗਿਆ ਬਾਈ ਹੁਣ। ਲੇਕਿਨ ਉਸ ਤੋਂ ਪਹਿਲੇ ਤੁਸੀਂ ਇਹ ਸਰਦੀਆਂ ਦੀ ਗੱਲ ਕੀਤੀ ਨਾ, ਅਤੇ ਲੀਲਨ ਤੋਂ ਪਹਿਲੇ ਮੈਂ ਤੁਹਾਨੂੰ ਬੰਪਰ ਆਫਰ ਜਿਹੜੀ ਉਹ ਮੈਂ ਆਪਣੀ ਦੱਸ ਦੇਵਾਂ ਕਿ ਵੀ ਲੋਨ ਦਾ ਚਿਕਨਕਾਰੀ ਬੈਂਬਰ ਦੁਪੱਟੇ ਦੇ ਨਾਲ ਨੂਰ ਸਾਦੀਆ ਬਾਈ ਅਸਦ ਦਾ ਸੂਟ। ਮੈਨੂੰ ਨਾ ਵਹਾਓ, ਆਡੀਅੰਸ ਨੂੰ ਵਹਾਓ ਜੀ ਜੀ। ਇਹ ਦੇਖੋ ਜੀ ਬਾਈ ਦੀ ਆਡੀਅੰਸ ਜਿਹੜੀ ਉਹ ਹੋਰ ਨਾ ਦੇਖ ਲਵੇ, ਨੂਰ ਸਭ ਬਾਈ ਨੂਰ ਬਾਈ ਸਾਦੀਆ ਠੀਕ ਹੈ। ਇਹਦਾ ਸੂਟ ਅਸੀਂ ਤੁਹਾਨੂੰ 1750 ਰੁਪਏ ਦਾ ਦੇਵਾਂਗੇ, ਜਿਹੜਾ ਅਸੀਂ ਆਪ 2000 ਦਾ ਸੇਲ ਕਰਦੇ ਹਾਂ। ਨਾਜ਼ਰੀਨ, ਅਸੀਂ ਅੱਜ ਤੁਹਾਨੂੰ ਇੱਥੇ ਵਹਾਵਾਂਗੇ ਸਭ ਤੋਂ ਮਹਿੰਗਾ ਅਤੇ ਸਸਤੇ ਤੋਂ ਸਸਤਾ। ਬਾਕੀ ਰਹਿ ਗਈ ਗੱਲ ਕੁਆਲਿਟੀ ਦੀ, ਅਤੇ ਕੁਆਲਿਟੀ ਸਾਰੀ ਹਰ ਦੁਕਾਨਦਾਰ ਹਰ ਕੰਪਨੀ ਜਿਹੜੀ ਹੈ ਉਹ ਆਪਣੇ ਵੱਲੋਂ ਅੱਛੀ ਕੁਆਲਿਟੀ ਹੀ ਰੱਖਦੇ ਨੇ, ਕਿਉਂਕਿ ਆਪਣੇ ਕਸਟਮਰ ਜਿਹੜੇ ਨੇ ਉਹ ਆਪਣੇ ਕਸਟਮਰਾਂ ਦੀ ਸਹੂਲਤ ਵਾਸਤੇ ਔਰ ਆਪਣੀ ਦੁਕਾਨਦਾਰੀ ਨੂੰ ਮਜ਼ੀਦ ਵਧਾਉਣ ਵਾਸਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਸਟਮਰ ਸਾਡਾ ਜਿਹੜਾ ਨਾਰਾਜ਼ ਨਾ ਹੋਵੇ। ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਇਸ ਟਾਈਮ ਜਿਹੜਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਅੱਛਾ ਸੂਟ ਹੈ ਉਹ ਕਿਹੜਾ ਹੈਗਾ ਤੁਹਾਡੇ ਕੋਲ? ਸਰ ਮੇਰੇ ਕੋਲ ਇਸ ਟਾਈਮ ਤੁਹਾਡੇ ਵਾਸਤੇ ਇੱਕ ਬੰਪਰ ਆਫਰ ਹੈ, ਉਹ ਹੈ ਕਿ ਵੀ ਲੋਨ ਤੁਹਾਨੂੰ ਪਤਾ ਸੀਜ਼ਨ ਆਊਟ। ਮੇਰੇ ਵਾਸਤੇ ਨਾ ਕਹੋ, ਮੇਰੀ ਵੀਡੀਓ ਵੇਖ ਕੇ ਮੇਰੀ ਬੁੱਢੀ ਮੈਨੂੰ ਕੁੱਟੇਗੀ ਕਿ ਤੇਰੇ ਵਾਸਤੇ ਬੰਪਰ ਐਡੀ ਸਸਤੀ ਸੀ। ਆਵਾਮ ਮੇਰੀ ਆਡੀਅੰਸ ਵਾਸਤੇ, ਆਡੀਅੰਸ ਵਾਸਤੇ, ਤੁਹਾਡੇ ਵਿਊਵਰਸ ਵਾਸਤੇ ਕਿ ਬੰਪਰ ਆਫਰ ਹੈ ਔਰ ਮਹਦੂਦ ਮੁੱਦਤ ਵਾਸਤੇ ਵੀ ਔਰ ਸਟਾਕ ਵੀ ਮਹਦੂਦ ਹੈ, ਜਿਹੜਾ ਆਏਗਾ ਉਹ ਪਾਲੇਗਾ। ਸਰ ਇਹ ਦੇਖੋ ਸਰ। ਅੱਛਾ ਹੁਣ ਇਹ ਜਿਹੜਾ ਡਿਸਪਲੇ ਲਾਇਆ ਅੱਜ, ਇਹਦੇ 'ਚ ਕੀ ਕੀ ਵਰਾਇਟੀ ਹੈਗੀ ਹੈ ਔਰ ਕੀ ਰੇਟ ਨੇ ਵੀ ਸਾਨੂੰ ਵਿਖਾਓ ਬਾਈ? ਆ ਤੁਸੀਂ ਮਾਸ਼ਾਅੱਲਾ ਬਹੁਤ ਪਿਆਰਾ ਡਿਸਪਲੇ ਲਾਇਆ ਔਰ ਸੂਟ ਥੱਲੇ ਵੀ ਬਹੁਤ ਸਾਰਾ ਖਿਲਾਰਾ ਪਾਇਆ ਹੈ, ਠੀਕ ਹੈ? ਐਡੇ ਨਲਾਇਕ ਬੰਦੇ ਹੋ ਕਿ ਤੁਸੀਂ ਇੰਨਾ ਖਿਲਾਰਾ ਪਾਇਆ। ਇਹ ਮੈਨੂੰ ਹੁਣ ਸਟਾਕ ਚੈੱਕ ਕਰਾਓ ਕਿ ਇਹਦੇ ਵਿੱਚ ਤੁਹਾਡੇ ਕੋਲ ਕੀ ਵਰਾਇਟੀ ਹੈ ਔਰ ਕਿੰਨੇ ਕਿੰਨੇ ਵਾਲੀ ਹੈਗੀ ਹੈ। ਆਓ ਨਾਜ਼ਰੀਨ, ਅਸੀਂ ਸਟਾਕ ਚੈੱਕ ਕਰ ਲਈ। ਸਰ ਇਹ 68 ਪੱਕੀ 68, ਠੀਕ ਹੈ? ਇਹਦਾ ਕੀ ਮਤਲਬ ਹੁੰਦਾ ਜ਼ਰਾ, ਜਿਹੜੀ ਸਾਡੀ ਆਵਾਮ ਮੇਰੇ ਵਰਗੀ ਹੈਗੀ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ 68 ਦਾ ਮਤਲਬ ਕੀ? ਕੁਆਲਿਟੀਆਂ ਜਿਹੜੀਆਂ ਨਾ ਉਹਦੇ 'ਚ 70-90 ਆ, 68 ਯਾਨੀ ਕਿ ਜਿਵੇਂ ਕਹਿੰਦੇ ਨੇ ਕਿ ਦੋ ਘੋੜਾ ਬੋਸ ਕੀ ਜੀ ਬਸ ਉਹਨੂੰ ਹੀ ਇਹਦੇ ਨਾਲ ਆਪਣਾ ਕੰਪੇਅਰ ਕਰ ਲਈ। ਬਿਲਕੁਲ ਇਸ ਤੋਂ ਉੱਤੇ ਵੀ ਨੇ, 100-100 ਵੀ ਹੈ, ਠੀਕ ਹੈ? ਇਸ ਤੋਂ ਥੱਲੇ 62-62 'ਤੇ ਵੀ ਆ ਜਾਂਦੇ, ਲੇਕਿਨ ਉਹ ਬਹੁਤ ਹਲਕੀ ਕੁਆਲਿਟੀ ਆ ਜਾਂਦੀ ਹੈ 62-62 ਜਿਹਦੀ, ਉਹਦਾ ਉਹ ਫਟਦਾ ਵੀ, ਉਹਦਾ ਰੰਗ ਵੀ ਉਤਰਦਾ, ਸਾਰਾ ਕੁਛ। ਆਪਣੇ ਇਹ ਚੀਜ਼ ਅਗਰ ਜੇ ਕਸਟਮਰ ਨੂੰ ਇੰਨੀ ਅਵੇਅਰ ਹੋਣੀ ਚਾਹੀਦੀ ਹੈ ਕਿ ਕਸਟਮਰ ਵੀ ਦੁਕਾਨਦਾਰ ਕੋਈ ਚੀਜ਼ ਪੁੱਛ ਕੇ ਲਵੇ ਕਿ ਜੀ ਇਹ 62-62 ਹੈ ਕਿ 68-68 ਹੈ, ਕਿਉਂਕਿ ਅਗਰ ਉਹ 68-68 ਲਏਗਾ, ਪੱਕੀ 68-68 ਹੋਏਗੀ, ਤਾਂ ਅੱਖਾਂ ਬੰਦ ਕਰਕੇ ਉਹ ਸ਼ੈਲ ਲੈ ਲਵੇ, ਨਾ ਉਹਦਾ ਰੰਗ ਉਤਰੇਗਾ, ਜੇ ਨਾ ਉਹ ਕੋਈ। ਅਗਰ 62-62 ਹੋਏਗੀ ਤਾਂ ਫਿਰ ਉਹ ਫਜ਼ੂਲ ਹੈ। ਮੈਨੂੰ ਇਹ ਦੱਸੋ ਕਿ ਇਹ ਤੁਹਾਡੀ ਜਿਹੜੀ ਆ ਕੱਪੜੇ ਦਾ ਜਿਹੜਾ ਕਾਰੋਬਾਰ ਹੈਗਾ, ਇਹ ਕੋਈ ਫੈਕਟਰੀ ਹੈ ਜਾਂ ਤੁਸੀਂ ਵੀ ਕਿਸੇ ਆਪਣਾ ਮਾਰਕੀਟ ਦੇ ਵਿੱਚੋਂ ਚੁੱਕਦੇ ਹੋ ਜਾਂ ਚੋਰੀ ਚੁੱਕਦੇ ਹੋ? ਬਹੁਤ ਸ਼ੁਕਰੀਆ ਬੰਦਾ ਯਾਰ। ਬਈ ਇਸ ਤਰ੍ਹਾਂ ਹੈ ਕਿ ਸਾਡਾ ਵੇਅਰ ਹਾਊਸ ਜਿਹੜਾ ਨਾ, ਸਾਡੇ ਦੋ ਵੇਅਰ ਹਾਊਸ ਨੇ ਭਗਵਾਨਪੁਰੇ 'ਚ, ਔਰ ਫੈਸਲਾਬਾਦ ਤੋਂ ਹੀ ਸਾਡੀ ਪਰਚੇਜ਼ਿੰਗ ਹੈ, ਸਾਡੀ ਫੈਕਟਰੀਆਂ ਤੋਂ ਪਰਚੇਜ਼ਿੰਗ ਹੈ। ਅੱਛਾ, ਇਸ ਤੋਂ ਬਾਅਦ ਕੋਈ ਜੈਂਟਸ ਦਾ ਵੀ ਹੈ ਪ੍ਰੋਗਰਾਮ ਕਿ ਨਹੀਂ? ਜੀ ਸਰ, ਪ੍ਰੋਗਰਾਮ ਹੈ, ਜੈਂਟਸ ਦਾ ਵੀ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਇਨਸ਼ਾਅੱਲਾ ਅਗਲੀ ਵੀਡੀਓ 'ਚ ਤੁਹਾਨੂੰ ਜੈਂਟਸ ਦੇ ਵੀ ਦਿਖਾਵਾਂ। ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰੋ ਜਲਦੀ ਜੈਂਟਸ ਦੀ ਵੀ ਜਿਹੜੀ ਹੈ ਪ੍ਰੋਡਕਟ ਲਿਆ ਕੇ ਰੱਖੋ, ਆਪਣਾ ਸੂਟ ਵਗੈਰਾ ਜੈਂਟਸ ਵੀ ਲਿਆ ਕੇ ਰੱਖੋ, ਤਾਂ ਕਿ ਸਾਡੇ ਵਰਗਾ ਵੀ ਕੋਈ ਬੰਦਾ ਤੁਹਾਡੇ ਕੋਲ ਆ ਜਾਵੇ। ਨਹੀਂ ਤਾਂ ਅਸੀਂ ਜਿਹੜਾ ਅਗਰ ਇਹੀ ਤੁਹਾਡੇ ਹਰਕਤਾਂ ਰਹੀਆਂ ਨਾ, ਤਾਂ 6-6 ਮਹੀਨੇ ਅਸੀਂ ਤੁਹਾਡੀ ਸ਼ਕਲ ਨਹੀਂ ਵੇਖਣੀ ਹੈਗੀ ਤੁਹਾਡੇ ਵਰਗਾ। ਅਤੇ ਨਹੀਂ ਆ ਜਾਵੇ ਬੰਦੇ, ਤੁਸੀਂ ਚੰਗੇ ਲੱਗਦੇ? ਨਹੀਂ ਆਵਾਂਗੇ ਤਾਂ ਤਾਂ ਨਾ ਕਿ ਜੇ ਸਾਡੇ ਕੋਲ ਮਤਲਬ ਦੀ ਸ਼ੈ ਹੋਏਗੀ, ਆ ਜਾ ਕੇ ਅਸੀਂ ਬੀਬੀਆਂ ਲਈ ਸੂਟ ਖਰੀਦਣੇ ਨੇ, ਅਤੇ ਫਿਰ ਸਾਨੂੰ ਕੀ ਫਾਇਦਾ? ਇਹ ਜਿਹੜੇ ਸੇਲਮੈਨ ਹੈਗੇ ਨੇ, ਉਸ ਤਰ੍ਹਾਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਗਾਈਡ ਕਰੋਗੇ? ਕਿਹੜੇ ਸੇਲਮੈਨ? ਆ ਜਿਹੜੇ ਸੇਲਮੈਨ ਤੁਹਾਡੇ ਕੋਲੋਂ ਕੱਪੜਾ ਚੁੱਕਣਗੇ, ਅੱਗੇ ਝੂਠ ਸੱਚ ਬੋਲ ਕੇ ਵੇਚਣਗੇ? ਸਾਡੇ ਕੋਲ ਜ਼ਿਆਦਾ ਤਾਂ ਸਾਰੇ ਦੁਕਾਨਦਾਰ ਹਜ਼ਰਾਤ ਹੀ ਆ ਰਹੇ ਨੇ, ਜਿਹੜੇ ਹੋਰ ਪੂਰੇ ਪਾਕਿਸਤਾਨ 'ਚ ਅਸੀਂ ਸਪਲਾਈ ਦੇ ਰਹੇ ਹਾਂ। ਇਹ ਵੀ ਤੁਹਾਨੂੰ ਦੱਸਦੀ ਹੈ, ਬੰਨੂ ਕੁਹਾਟ ਤੱਕ, ਬਲਕਿ ਕਾਬਲ ਤੱਕ। ਔਨਲਾਈਨ ਜਾਂ ਆਫਲਾਈਨ? ਡਾਇਰੈਕਟ ਔਨਲਾਈਨ ਸਰ। ਔਨਲਾਈਨ ਕਿਸ ਤਰ੍ਹਾਂ ਤੁਸੀਂ ਸਪਲਾਈ ਦੇ ਰਹੇ ਸਰ? ਇਸ ਤਰ੍ਹਾਂ ਨਾ ਕਿ ਵੀ ਅਸੀਂ ਵਟਸਐਪ 'ਤੇ ਸਾਰੇ ਕੈਟਲੋਗ ਆਪਣੀ ਸੈਂਡ ਕਰ ਦਿੰਦੇ ਹਾਂ, ਜੋ ਸਾਡੇ ਕੋਲ ਸਟਾਕ ਮੌਜੂਦ ਹੈ ਉਹਦੀ ਅਸੀਂ ਤਸਵੀਰਾਂ ਸੈਂਡ ਕਰ ਦਿੰਦੇ ਹਾਂ। ਅਗਰ ਕੋਈ ਮੁਤਮਨ ਨਹੀਂ ਹੁੰਦਾ, ਉਹਨੂੰ ਵੀਡੀਓ ਕਾਲ 'ਤੇ ਕੱਪੜਾ ਖੋਲ ਕੇ ਹਰ ਚੀਜ਼। ਅਗਰ ਸਾਡੀ ਆਡੀਅੰਸ ਤੁਹਾਡੇ ਨਾਲ ਕੋਈ ਵਟਸਐਪ 'ਤੇ ਜਾਂ ਤੁਹਾਡੇ ਨਾਲ ਟੈਲੀਫੋਨ 'ਤੇ ਗੱਲ ਕਰਨਾ ਚਾਹੇ, ਆਪਣਾ ਤੁਸੀਂ ਨੰਬਰ ਦੱਸ ਦਿਓ, ਠੀਕ ਹੈ? ਅਤੇ ਉਹ ਤਾਂ ਕਿ ਸਾਡੀ ਆਡੀਅੰਸ ਵੀ ਵੇਖ ਕੇ ਤੁਹਾਡੇ ਨਾਲ ਰਾਬਤਾ ਕਰ ਸਕੇ। ਬਿਲਕੁਲ ਜੀ, 03 08 4255 198, ਪੰਜਾਬੀ 42-55-198 ਜੀ, 0308 ਹੈ ਜੀ, 42-55-198 ਸਰ ਇਹ ਨੰਬਰ ਹੈ। ਅੱਛਾ, 42-55-198 ਇਹ ਨਾਜ਼ਰੀਨ ਇਹਨਾਂ ਦਾ ਟੈਲੀਫੋਨ ਨੰਬਰ ਹੈ ਵਿਦ ਵਟਸਐਪ, ਜੀ ਸਰ, ਠੀਕ ਹੈ? ਪਿਆਰੇ ਨਾਜ਼ਰੀਨ, ਇਹਨਾਂ ਦਾ ਨੰਬਰ ਤਾਂ ਤੁਸੀਂ ਸੁਣ ਲਿਆ ਔਰ ਸਾਡੀ ਸਕਰੀਨ 'ਤੇ ਵੀ ਚੱਲ ਰਿਹਾ ਹੋਏਗਾ,
यह नंबर वट्सअप पर भी है और तुम जिस तरह भी मुतमिन हो सकोगे ये साढ़े दोस्त ने साढ़े भरा ने फहीम साहब तुहानू तस्वीर की सूरत वीडियो की सूरत तुहानू हर किस्म के नाल तुहानू गाइड करनगे जो तुम मुतमिन होवोगे फिर इन्हां दी ब्रांच ते आओ इन्हां दी फैक्टरी ते आओ असी इंशाल्लाह ऐसे तरह तो नैक्सट वीडियो दे विच तुहाडे कोल असी हाज़र होवांगे सानू दिओ इजाजत ते तुसी भाजी अपना खलारा समेटो ओके खुदा हाफिज़ अल्लाह हाफिज़ भाजी हां जी हेलो ओ नहीं बेचने भाई नहीं बेचने भाई एडा मेरा फर्स्ट कजन ना बन तू ये किधर लेके चला है ओ भाई उधर रखन लगा की हो गया अच्छा चलो ठीक है उधर दा ब्रांड सी ना मेरे नाल समेटन लगे हो हां जी समेट उधर दा ब्रांड नहीं बड़े चंगे हो यार तुसी उम्मीद करने आज का प्रोग्राम बहुत अच्छा लगा होगा और ओरिजिनल सूट ओरिजिनल ब्रांड बहुत ही सस्ते जेड़ा बंदा ब्रांड का ना सुन के डर जाता है वो इस दुकान तो आन के साडे दोस्तों के नाल राबता करे वो अल्लाह के हुक्म नाल अपनी गुंजाइश के मुताबिक हर ब्रांड पा सकेगा और यह भी गल नाल दस दियो कि धोखा नहीं खाना लोगों की और जी मैं तुम्हें पहले लालच नहीं आना लोग देंगे ने लालच लालच नहीं आना आओ तसली नाल अपने आप अपनी अखा नाल वेयर हाउस देखो विजिट करो रेट देखो बिल मने ते शॉपिंग करो बिल्कुल बिल्कुल और मैट्रो ऑरेंज ट्रेन का मनसूबा इन्होंने आजाद करवाया ताकि ओरेंज के जरिए तुम जितों मर्जी बैठो भगवानपुरा स्टेशन पर आ के उतर जाओ अगे करो फोन अगर नंबर बंद हो दिल च गाला जरूर कड़ना